ਗਿਆ ਜਿੰਨੇ ਜਿਹੜੇ ਇੰਨੀਆਂ ਗੱਲਾਂ ਕੀਤੀਆਂ ਦੋ ਜਣੇ ਹੋਰ ਅੰਦਰ ਆ ਕੇ ਵਿਕਾਸ ਬੋਰਡ ਜਿਹਨਾਂ ਨੂੰ ਉਹਨਾਂ ਨੇ ਮੂੰਹ ਬੰਨੇ ਹੋਏ ਉਹਨਾਂ ਨੇ ਆ ਕੇ ਜਦੋਂ ਆਏ ਇਹਨੇ ਜਿਹੜਾ ਬੂਠਾ ਸੀ ਮੇਰੇ ਕੋਲ ਆ ਕੇ ਇੰਨਾ 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 ਮਤਲਬ ਪਿਸਟਲ ਕੱਢ ਲਿਆ ਜਦੋਂ ਕੱਢਿਆ ਤੈਨੂੰ ਉਹਦੀ ਗੱਲ ਚ ਸਾਫਾ ਹੀ ਪੁੱਛੋ ਕੋਈ ਯੋਗੀ ਆਈ ਦੁਬਾਈ ਹੋ ਗਿਆ ਜਦੋਂ ਦੁਬਾਈ ਹੋ ਗਿਆ ਮੈਂ ਰੌਲਾ ਪਾਇਆ ਮੇਰੇ ਨੂੰ ਪੱਗ ਲਾ ਦੀ ਲਾਈ ਜਦੋਂ ਮੈਂ ਰੌਲਾ ਪਾਇਆ ਲੋਕੀ ਬਾਹਰ ਇਕੱਠੇ ਹੋਏ ਆ ਬਾਹਰ ਇਕੱਠੇ ਹੋਏ ਤਾਂ ਇੱਕ ਭੱਜੋ ਭਜਾਈ ਜੋ ਆਪਣਾ ਮਿਸਟਰ ਵੀ ਬੱਤੀ ਉਹਦਾ ਛੱਡ ਗਿਆ ਇੱਥੇ ਭੱਜੋ ਭਜਾਈ ਸੁੱਟ ਗਿਆ ਵਾ ਜਦੋਂ ਬਾਹਰ ਗਿਆ ਬਾਹਰ ਮੈਂ ਆਪਣੇ ਲਾਇਸੈਂਸੀ ਇਤਿਹਾਸ ਦੇ ਨਾਲ ਦੋ ਫਾਇਰ ਕੀਤੇ ਆ ਉਹ ਉਹਨਾਂ ਦੇ ਬੱਚੇ ਨਹੀਂ ਗਏ ਠੀਕ ਆ ਜਦੋਂ ਫਾਇਰ ਕੀਤੇ ਆ ਉਹ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਿਆ विश्वास दवाया इंसाफ नहीं परचा दर्ज करता जी 307 तरनतारन च एक बहादुर ज्वेलर ने अपनी दुकान नु लुटन तो बचा लिया। देखो ज्वेलर दी बहादुरी दे सारे पासे चर्चे हो रहे ने क्योंकि लुटेरे पिस्तौल लेके आए से पर उसके कोल भी लाइसेंस नहीं उसने कीता मुकाबला ते आखिरकार लुटेरियां नु अपनी पिस्तौल ते बाइक छड़ के फरार होना पै गया। हुण पुलिस मौके ते आ गई है ते अगली कार्रवाई शुरू हो चुकी है। आप ही सुन लो पूरी घटना। सिंह लाडिया जी मैं दुकानदार यूनियन दा प्रधान हां। ਤਰਨਤਾਰਨ ਐਸਐਸਪੀ ਵੀ ਅੱਜ ਇੱਥੇ ਪਹੁੰਚੇ। ਇੱਕ ਘਟਨਾ ਵਾਪਰੀ ਹੈ ਕਿ ਕੁਝ ਲੁੱਟਾਂ ਖੋਹਾਂ ਕਰਨ ਵਾਲੇ ਆਏ ਤਾਂ ਦੁਕਾਨ ਦੇ ਵਿੱਚ ਉਹਨਾਂ ਸੀ ਜਾਨੀ ਮੈਂ ਕਿਹਾ ਕਿ ਜਣ ਹੋਇਓ। ਦੇਖੋ ਜੀ ਜਿਹੜਾ ਤਰਨਤਾਰਨ ਸ਼ਹਿਰ ਦਾ ਜਿਹੜਾ ਹਾਲ ਆ ਨਾ ਇੱਥੇ ਚੋਰੀ ਮੋਟਰਸਾਈਕਲ ਚੁੱਕਣੇ ਵਾਰਦਾਤਾਂ ਹੋਣੀਆਂ ਕਤਲ ਹੋਣੇ ਇੱਕ ਨਾਰਮਲ ਜੀ ਗੱਲ ਬਣ ਚੁੱਕਾ ਵਾ। ਇਹ ਇੱਕ ਮਾਫੀਆ ਰਾਜ ਬਣ ਚੁੱਕਾ ਵਾ। ਇਹ ਸ਼ਹਿਰ ਜਿਹੜਾ ਅੱਜ ਕੱਲ੍ਹ ਤਰਨਤਾਰਨ 'ਚ ਹੋ ਰਿਹਾ ਪਿਆ ਅੱਜ ਦਿਨੋ ਦਿਨ ਕੱਲ੍ਹ ਵੀ ਇੱਕ ਪਰਸੋਂ ਵੀ ਇੱਕ ਕਤਲ ਹੋਇਆ ਵਾ ਦਿਨ ਦਿਹਾੜੇ ਇੱਕ ਕਤਲ ਹੋਇਆ ਵਾ ਜੋ ਇੱਕ PR ਬੰਦਾ ਬਾਹਰੋਂ ਆਇਆ ਸੀਗਾ ਉਹਦਾ ਕਤਲ ਹੋਇਆ ਵਾ। ਅੱਜ ਅਸੀਂ ਦੇਖੋ ਜੀ ਦਿਨ ਦੁਪਹਿਰ ਦਾ ਟਾਈਮ ਆ 2:30 ਵਜੇ 2:32 ਦੇ ਦੁਕਾਨਦਾਰ ਅਸੀਂ ਆਪਣੇ ਤਾਂ ਆਪੋ ਕਾਰੋਬਾਰ ਕਰਦੇ ਹਾਂ। ਇੱਕ ਕਾਰੋਬਾਰ ਦੁਕਾਨਦਾਰ ਕੋਈ ਬਿਲਕੁਲ ਜਿਹੜਾ ਮਹਿਫੂਜ਼ ਨਹੀਂ ਹੈਗਾ। ਜਿਹੜਾ ਲੁੱਟਾ ਖੋਹਾ ਕਰਨ ਵਾਲੇ ਚਾਰ ਬੰਦੇ ਪਿਸਤਲ ਲੈ ਕੇ ਇਹ ਜਿਹੜੀ ਸੁਨਿਆਰੀ ਦੀ ਦੁਕਾਨ ਆ ਇੱਥੇ ਚਾਰ ਬੰਦੇ ਪਿਸਤਲ ਲੈ ਕੇ ਚਾਰਾਂ ਬੰਦਿਆਂ ਕੋਲ ਪਿਸਤਲ ਵੱਖੋ ਵੱਖ ਪਿਸਤਲ ਨੇ ਉਹਨਾਂ ਚਾਰਾਂ ਬੰਦਿਆਂ ਨੇ ਪਿਸਤਲ ਲੈ ਕੇ ਦੁਕਾਨ ਤੋਂ ਇੱਥੋਂ ਸੁਨਿਆਰੀ ਦੁਕਾਨ 'ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ। ਇਹ ਭਾਜੀ ਮੇਰੇ ਰਿਸ਼ਤੇਦਾਰ ਨੇ ਇਹ ਜਿਹੜੇ ਇਹਨਾਂ ਦੀ ਬਹਾਦਰੀ ਕਰਕੇ ਜਿਹੜਾ ਇਹ ਵਾਰਦਾਤ ਨੂੰ ਜਿਹੜਾ ਨਹੀਂ ਉਹ ਕਾਮਯਾਬ ਹੋ ਸਕੇ। ਉਹਨਾਂ ਨੇ ਦੋ ਗੋਲੀਆਂ ਚਲਾਈਆਂ ਇੱਕ ਗੋਲੀ ਉਹਨਾਂ ਦੀ ਮਿਸ ਹੋ ਗਈ ਆ। ਉਹ ਇਹ ਜਾਣ ਵੀ ਜਾ ਸਕਦੀ ਸੀ ਪਰ ਪ੍ਰਸ਼ਾਸਨ ਸਾਨੂੰ ਜਿਹੜੀ ਜਾਲਮਾਂ ਦੀ ਜਿਹੜੀ ਇਹਦੀ ਹੈਗੀ ਆ ਉਹ ਸਾਨੂੰ ਮਹਿਫੂਜ ਕੀਤੀ ਜਾਵੇ। ਅਸੀਂ ਦੁਕਾਨਦਾਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਇਹਨਾਂ ਚੀਜ਼ਾਂ ਤੋਂ ਲੁੱਟਾਂ ਖੋਹਾਂ ਜਿਹੜੀਆਂ ਮੋਟਰਸਾਈਕਲ ਦੋ ਮੋਟਰਸਾਈਕਲ ਚੋਰੀ ਦੇ ਇੱਥੇ ਜਿਹੜੇ ਇੱਕ ਮੋਟਰਸਾਈਕਲ ਚੋਰੀ ਦਾ ਪੜਿਆ ਵਾ ਇੱਕ ਮੋਟਰਸਾਈਕਲ ਹੋ ਰਹੀਗਾ ਬਿਨਾਂ ਨੰਬਰ ਪਲੇਟ ਤੋਂ ਜਿਹੜੇ ਮੋਟਰਸਾਈਕਲ ਚੱਲਦੇ ਪਏ ਆ ਜਿਹੜਾ ਇੱਥੇ PCR ਲੱਗੀ ਆ। ਪਹਿਲਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੀਦਾ ਵੀ ਦੋ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਤੋਂ ਇੱਥੇ ਘੁੰਮ ਰਹੇ ਨੇ। ਕਿਸੇ ਮੁਲਾਜ਼ਮ ਨੇ ਨਹੀਂ ਕਿਸੇ ਨੂੰ ਪੁੱਛਣ ਉਹਨੂੰ ਟਾਰਗੇਟ ਕੀਤਾ ਪਿੱਛੇ ਨਾਕਾ ਲੱਗਾ ਵਾ ਆਹ ਚੌਂਕ ਆ ਇੱਥੇ ਨਾਲ ਪੁਲਿਸ ਖੜੀ ਹੈ ਤੇ ਚੌਂਕ ਦੇ ਬਿਲਕੁਲ ਨਾਲ 10 ਕਦਮ ਚੌਂਕ ਦੇ ਨਾਲ ਪੁਲਿਸ ਖੜੀ ਆ। ਕਿਸੇ ਪੁਲਿਸ ਕਰਮਚਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਆ ਕੇ ਕੋਈ ਗੱਲਬਾਤ ਨਹੀਂ ਇੱਥੇ ਸਾਡੀ ਹੋਈ। ਜੇ ਇਸੇ ਤਰ੍ਹਾਂ ਕੋਈ ਇਹ ਕੁਝ ਹੁੰਦਾ ਰਿਹਾ ਤਾਂ ਸਾਨੂੰ ਮਜਬੂਰਨ ਆਪਣੀਆਂ ਦੁਕਾਨਾਂ ਬੰਦ ਕਰਕੇ ਸਾਨੂੰ ਚੌਂਕ 'ਤੇ ਧਰਨਾ ਮਾਰ ਕੇ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਜਿਹੜਾ ਅਸੀਂ ਵਿਰੋਧ ਕਰਾਂਗੇ ਨਾਲ। ਉਹ ਕਰ ਰਹੇ ਹਾਂ ਅਸੀਂ ਲੱਭ ਰਹੇ ਹਾਂ ਸਰ ਕੀ ਲੱਗਦਾ ਸਰ ਕੀ ਆ ਵਾਰਦਾਤਾਂ ਹੋ ਰਹੀਆਂ ਨੇ ਸਰ ਲਗਾਤਾਰ ਤੁਸੀਂ 3 ਪਿੱਛੇ ਜੇ ਖੜੇ ਵੀ ਸੀ ਤੇ 4 ਹਜੇ ਵੀ ਭਗੋੜੇ ਨੇ ਪਰ ਇਹ ਡਾਕਾ ਲੱਗਣ ਦੇ ਬਾਵਜੂਦ ਵੀ ਇਸ ਤਰ੍ਹਾਂ ਲੁੱਟਾਂ ਖੋਹਾਂ ਉਹ ਸਾਰਾ ਕੁਝ ਕਰ ਰਹੇ ਹਾਂ ਹੋ ਜਾਊਗਾ ਕੋਈ ਗੱਲ ਨਹੀਂ ਸਰ ਕੀ ਹੋਇਆ ਕੀ ਹੋਇਆ ਸਰ ਕੋਈ ਕੁਝ ਵੱਲੋਂ ਸਾਨੂੰ ਕੋਈ ਕੋਆਪਰੇਟ ਨਹੀਂ ਕੀਤਾ ਗਿਆ ਸਰ ਕਿਉਂ ਨਹੀਂ ਕੋਆਪਰੇਟ ਕੀਤਾ ਕੋਈ ਸਰ ਬਰੀਫ ਨਹੀਂ ਕਰਦਾ ਭਈ ਅਸੀਂ ਕਿਉਂ ਬਰੀਫ ਕਰੀ ਸਾਡੀ ਜਿਹੜੀ ਸਾਡੀ ਚੀਜ਼ ਅੰਡਰ ਇਨਵੈਸਟੀਗੇਸ਼ਨ ਆ ਅਸੀਂ ਬਰੀਫ ਕਰਕੇ ਆਪਦਾ ਕੰਮ ਖਰਾਬ ਕਰਨਾ ਸਰ ਇਹ ਦੱਸ ਦਿਓ ਵੀ ਥੋੜਾ ਟਾਈਮ ਤਾਂ ਦੇ ਦਿਆ ਕਰੋ ਹੁਣ ਕੱਲ ਮਰਡਰ ਹੋਇਆ ਅਸੀਂ ਉਹਨੂੰ ਟ੍ਰੇਸ ਕਰਨ ਲਈ ਯਤਨ ਕਰ ਰਹੇ ਹਾਂ ਤੇ ਖੜੇ ਪਰ ਸਰ ਜਨਤਾ ਨੂੰ ਕੀ ਆਸ਼ਵਾਸਨ ਦੇਣ ਜਾਓਗੇ ਜੇ ਜਨਤਾ ਤਰਨਤਾਰਨ ਜਨਤਾ ਜਿਹੜੀ ਆ ਡਰੀ ਪਈ ਆ? ਕੋਈ ਨਹੀਂ ਡਰੀ, ਕੋਈ ਵਹਿਮ ਨਾ ਕਰੋ, ਬਿਲਕੁਲ ਤਸੱਲੀ ਨਾਲ ਫੜਾਂਗੇ ਬੰਦੇ ਕਾਬੂ ਆਉਣਗੇ। ਠੀਕ ਆ, ਕ੍ਰਾਈਮ ਕਰਨਾ ਉਹਨਾਂ ਦਾ ਕੰਮ ਆ, ਫੜਨਾ ਸਾਡਾ ਕੰਮ ਆ, ਕੋਈ ਇਦਾਂ ਦੀ ਗੱਲ ਨਹੀਂ।